ਸੋ ਐਸਾ ਹਰ ਨਾਮ ਤੇ ਆਈਏ ਮਨ ਮੇਰੇ, ਸੋ ਐਸਾ ਹਰ ਨਾਮ ਤੇ ਆਈਏ ਮਨ ਮੇਰੇ, ਜੋ ਸਭ ਨਾਮ ਹੁਕਮ ਚਲਾਏ, ਜੋ ਸਭ ਨਾਉ ਹੁਕਮ ਚਲਾਏ, ਨਾਮ ਤੇ ਆਈਏ ਮਨ ਮੇਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਜੀ, ਨਾਮ ਦੀ ਐਡੀ ਵੱਡੀ ਮਹਿਮਾ ਦੱਸ ਰਹੇ, ਐਡੀ ਵੱਡੀ ਮਹਿਮਾ, ਹਰ ਪੰਕਤੀ ਦੇ ਵਿੱਚ ਨਾਮ ਦੀ ਮਹਿਮਾ। ਔਰ ਕਮਾਲ ਦੀ ਗੱਲ ਹੈ, ਸੁਣਾ ਕਿਹਨੂੰ ਰਹੇ ਨੇ? ਮਨ ਨੂੰ। ਨਾਮ ਦੀ ਅੱਤ ਦੀ ਮਹਿਮਾ ਮਹਾਰਾਜ ਜੀ ਕਹਿੰਦੇ, ਸੁਣਾ ਮਨ ਨੂੰ, ਆਖੋ ਸਤਨਾਮ, ਸੁਣਾ ਮਨ, ਮੈਨੂੰ ਬਖਸ਼ ਲੈਣਾ, ਮੈਂ ਇੱਕ ਗੱਲ ਕਹਿਣ ਲੱਗਾ। ਬੇਸ਼ੱਕ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਨਾਮ ਦੀ ਮੈਨੂੰ ਮਹਿਮਾ ਪਤਾ ਹੈ, ਨਾਮ ਦੀ ਬੁੱਕਤ ਮੈਨੂੰ ਪਤਾ ਹੈ, ਨਾਮ ਦੀ ਵਡਿਆਈ ਮੈਨੂੰ ਪਤਾ ਹੈ, ਪਰ ਸੱਚ ਜਾਣਿਓ ਸਤਸੰਗ ਜੀ, ਇਤਨਾ ਕੁਝ ਸੁਣ ਲਿਆ, ਇੰਨਾ ਕੁਝ ਸੁਣ ਲਿਆ, ਪਰ ਹਾਲੇ ਵੀ ਨਾਮ ਦੀ ਮਹਿਮਾ ਇਸ ਮਨ ਨੂੰ ਨਹੀਂ ਪਤਾ ਲੱਗੀ। ਆਖੋ ਸਤਨਾਮ, ਨਹੀਂ ਪਤਾ। ਜੇ ਕਿਤੇ ਨਾਮ ਦੀ ਮਹਿਮਾ ਪਤਾ ਲੱਗ ਜਾਂਦੀ ਨਾ ਇਹ ਮਨ ਨੂੰ, ਜੇ ਨਾਮ ਦੀ ਵਡਿਆਈ, ਜੇ ਨਾਮ ਦਾ ਪ੍ਰਤਾਪ ਇਸ ਮਨ ਨੂੰ ਪਤਾ ਲੱਗ ਜਾਂਦਾ, ਇਹ ਤਾਂ ਟਿਕਦਾ ਹੀ ਨਹੀਂ, ਇਹ ਤਾਂ ਫਿਰ ਨਾਮ ਜਪਣਦਾ ਹੀ ਲੱਗਾ ਰਹਿੰਦਾ। ਆਖੋ ਸਤਨਾਮ, ਇਹ ਤਾਂ ਫਿਰ ਸਾਧ ਭਜਦਾ ਹੀ ਨਹੀਂ, ਇਹ ਤਾਂ ਫਿਰ ਨਾਮ ਜਪਣ 'ਤੇ ਹੀ, ਨਾਮ ਨੂੰ ਹੀ ਸਤਸੰਗ ਧਿਆਉਂਦਾ ਰਹਿੰਦਾ, ਨਾਮ ਦੇ ਵਿੱਚ ਹੀ ਮਨ ਗੜੂੰਦ ਰਹਿੰਦਾ, ਚੇਤਾ ਕਰਾਇਆ ਜਾਂਦਾ ਇਸ ਮਨ ਨੂੰ, ਤਾਂ ਨਾਮ ਜਪਦਾ ਇਹ ਮਨ। ਕਿਤੇ ਸੁੱਤੇ ਸਿੱਧ ਆਪਣੇ ਆਪ ਨਾਮ ਜਪਦਾ? ਸੁੱਤੇ ਸਿੱਧ ਕਿਧਰੇ ਆਪਣੇ ਆਪ ਨਾਮ ਜਪਦਾ ਹੈ? ਮਨ ਨਹੀਂ ਜਪਦਾ। ਕਿਉਂ? ਵਡਿਆਈ ਨਹੀਂ ਪਤਾ। ਆਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਡਿਆਈ ਦੱਸਦੇ ਪਏ ਨੇ, ਕਹਿੰਦੇ ਸਮਝਾ ਮਨ ਨੂੰ, ਕਹਿੰਦੇ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ। ਬੜੇ ਧਿਆਨ ਨਾਲ ਸੁਣਿਓ ਜੀ ਸਤਸੰਗ, ਬਹੁਤ ਧਿਆਨ ਨਾਲ ਸੁਣਿਓ। ਨਾਮ ਜਪਣ ਵਾਲੇ ਦਾ ਹੁਕਮ ਚੱਲਦਾ ਹੈ। ਕਿਉਂ? ਸਭ ਨਾਵੇਂ ਅੱਗੇ ਆਉਣ ਨੇ ਵਾਏ, ਉਹ ਬੰਦੇ ਦਾ ਹੁਕਮ ਨਹੀਂ ਚੱਲ ਰਿਹਾ,
ਉਹ ਬੰਦੇ ਦੇ ਅੱਗੇ ਨਮਸਕਾਰ ਨਹੀਂ ਹੋ ਰਹੀ ਹੈ, ਨਮਸਕਾਰਾਂ ਹੋ ਰਹੀਆਂ ਜਿਹੜਾ ਉਹਦੇ ਅੰਦਰ ਨਾਮ ਚੱਲ ਰਿਹਾ ਨਾ, ਜਿਸ ਨਾਮ ਦੀ ਉਹਨੇ ਓਟ ਲਈ ਹੈ ਉਹ ਨਾਮ ਦੀ ਕਿਰਪਾ ਸਦਕਾ ਉਹਦਾ ਸਤਿਕਾਰ ਹੋ ਰਿਹਾ। ਕੋ ਸਤਨਾਮ ਸੱਚਾਈ ਜੇ ਜਿੰਨੇ ਭਗਤ ਜਦੋਂ ਨਾਮ ਵੱਲ ਵਧੇ ਨੇ, ਨਾਮ ਨਾਲ ਗੜੂੰਦ ਹੋਏ ਨੇ, ਦੁਨੀਆਂ ਸਤਿਕਾਰ ਦਿੰਦੀ ਪਈ ਹੈ, ਦੁਨੀਆਂ ਸਤਿਕਾਰ ਦਿੰਦੀ ਹੈ। ਨਾਮ ਪੱਲੇ ਨਹੀਂ ਸਤਿਕਾਰ ਨਹੀਂ ਹੈ। ਹਰ ਬੰਦਾ ਕਹਿੰਦਾ ਮੇਰਾ ਹੁਕਮ ਚੱਲੇ, ਹਰ ਬੰਦਾ ਕਹਿੰਦਾ ਹੁਕਮ ਚੱਲੇ। ਯਕੀਨ ਜਾਣਨਾ, ਜਿਹਨੇ ਨਾਮ ਜਪਿਆ ਹੈ ਨਾ, ਅਗਲਾ ਝੁੱਕ ਝੁੱਕ ਕੇ ਸਤਸੰਗ ਜੀ ਬਚਨ ਮੰਨਦਾ ਹੈ। ਆਖੋ ਸਤਨਾਮ। ਅਗਲਾ ਬੰਦਾ ਝੁੱਕ ਝੁੱਕ ਕੇ ਬਚਨ ਮੰਨਦਾ ਹੈ, ਕਿਉਂ? ਕਿਉਂਕਿ ਪਤਾ ਹੈ ਵੀ ਜਿਸ ਨਾਮ ਦਾ ਪੱਲਾ ਇਹਨੇ ਪਕੜਿਆ, ਨਾਮ ਦੀ ਇੰਨੀ ਬਰਕਤ ਵਰਤਦੀ ਹੈ ਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ। ਆਖੋ ਸਤਨਾਮ। ਆਹ ਹੈ ਨਾਮ ਦੀ ਮਹਿਮਾ। ਐਵੇਂ ਨਹੀਂ ਰੱਬ ਸਾਧੂਆਂ ਦੀ ਰਸਨਾ ਤੇ ਵਸਦੇ, ਐਵੇਂ ਨਹੀਂ ਜਾ ਕਾ ਕਿਹਾ ਦਰਗਹਿ ਚੱਲੇ। ਨਾਮ ਜਪਿਆ, ਭਜਨ ਕੀਤਾ, ਮਨ ਮਾਰਿਆ, ਮਨ ਮਾਰ ਕੇ ਸਾਧ ਸੰਗ ਜੀ ਮਨ ਨੂੰ ਪੀੜ ਕੇ ਭਜਨ ਕਮਾਇਆ ਹੈ ਸਾਧੂ ਨੇ, ਉਹਦੇ ਬਾਰੇ ਕਿਹਾ ਜਾ ਕਾ ਕਿਹਾ ਦਰਗਹਿ ਚੱਲੇ। ਇੱਥੇ ਤਾਂ ਛੱਡੋ, ਦਰਗਾਹ ਦੇ ਵਿੱਚ ਵੀ ਉਹਦਾ ਕਿਹਾ ਚੱਲਦਾ ਜੀ। ਤਾਂ ਕਰਕੇ ਹਰ ਬੰਦਾ ਨੀਵ ਸਤਿਕਾਰ ਦਿੰਦਾ ਹੈ, ਸਰੀਰ ਨੂੰ ਨਹੀਂ। ਹੀਰੇ ਵਾਲੀ ਡੱਬੀ ਹੋਵੇ ਨਾ, ਵਿੱਚੋਂ ਹੀਰਾ ਕੱਢ ਦਿਓ ਤੇ ਡੱਬੀ ਦੀ ਕੀ ਔਕਾਤ ਰਹੇਗੀ? ਉਹ ਡੱਬੀ ਨੂੰ ਸਾਂਭ ਸਾਂਭ ਕੇ ਤਾਂ ਰੱਖਿਆ ਜਾਂਦਾ ਹੈ, ਡੱਬੀ ਦਾ ਇੱਦਾਂ ਮਾਣ ਸਤਿਕਾਰ ਤਾਂ ਕੀਤਾ ਜਾ ਰਿਹਾ ਵਿੱਚ ਹੀਰਾ ਪਿਆ ਹੋਇਆ ਹੈ। ਜਿਸ ਦਿਨ ਹੀਰਾ ਨਿਕਲ ਗਿਆ, ਡੱਬੀ ਦੀ ਕੀ ਔਕਾਤ ਰਹੇਗੀ ਜੀ? ਡਸਟਬਿਨ 'ਚ ਸੁੱਟ ਦਿੰਦਾ, ਸੁੱਟੋ ਇਹਨੂੰ, ਆ ਡੱਬੀ ਹੈ ਸਰੀਰ, ਡੱਬੀ ਦੀ ਕੀ ਔਕਾਤ ਹੈ? ਜਿਸ ਸਰੀਰ ਦੇ ਅੰਦਰ ਸਾਧ, ਜਿਸ ਡੱਬੀ ਦੇ ਅੰਦਰ ਨਾਮ ਰੂਪੀ ਹੀਰਾ ਹੈ, ਫਿਰ ਉਸ ਡੱਬੀ ਦੀ ਸੰਭਾਲ ਹੁੰਦੀ ਹੈ, ਉਸ ਡੱਬੀ ਦੀ ਕੀਮਤ ਪੈਂਦੀ ਹੈ, ਉਸ ਡੱਬੀ ਦੇ ਅੱਗੇ ਨਮਸਕਾਰਾਂ ਹੁੰਦੀਆਂ ਨੇ। ਸਾਹਿਬ ਆਰੰਭ ਹੀ ਇੱਥੋਂ ਕਰਦੇ ਨੇ ਜੀ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਹੁਕਮ ਚੱਲਦਾ ਹੈ, ਬਚਨ ਚੱਲਦਾ ਹੈ, ਬਚਨ ਮੰਨਿਆ ਜਾਂਦਾ ਹੈ ਉਹਦਾ ਸਤਸੰਗ ਵਿੱਚ। ਫਿਰ ਅਗਲੀ ਪੰਕਤੀ 'ਚ ਕਹਿੰਦੇ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲਏ ਚੜਾਏ। ਬਸ ਬਖਸ਼ੀਸ਼ਾਂ ਗਿਣਦੇ ਜਾਇਓ ਜੀ ਨਾਮ ਦੀਆਂ, ਬਖਸ਼ੀਸ਼ਾਂ ਗਿਣਦੇ ਜਾਇਓ ਨਾਮ ਦੀਆਂ, ਜੋ ਅੰਤੀ ਅਵਸਰ ਲਏ ਛੜਾਏ। ਅੰਤ ਵੇਲੇ ਕਿਸੇ ਨੇ ਸਾਥ ਨਹੀਂ ਨਿਭਾਉਣਾ ਸਾਧ ਸੰਗਤ, ਕਿਸੇ ਨੇ ਸਾਥ ਨਹੀਂ ਨਿਭਾਉਣਾ, ਕਿਸੇ ਨੇ ਤੁਹਾਡੇ ਨਾਲ ਨਹੀਂ ਖੜਨਾ। ਜੇ ਖੜਨਾ ਹੈ ਤਾਂ ਤੁਹਾਡੇ ਜਪੇ ਹੋਏ ਨਾਮ ਨੇ। ਮੈਨੂੰ ਬਖਸ਼ ਲੈਣਾ ਸਾਧ ਸੰਗਤ ਜੀ, ਆਹ ਜਿਹੜਾ ਤੁਸੀਂ ਨਾਮ ਜਪ ਰਹੇ ਹੋ ਨਾ, ਇਹ ਤੁਹਾਡਾ ਜਪਿਆ ਹੋਇਆ ਨਾਮ ਤੁਹਾਡੇ ਲਈ ਖੜੇਗਾ।
ਇਹ ਤੁਹਾਡਾ ਜਪਿਆ ਹੋਇਆ ਨਾਮ ਤੁਹਾਡੀ ਸਹਾਇਤਾ ਕਰੇਗਾ, ਸਹਾਇਤਾ ਲਈ ਖੜਾ ਹੋਏਗਾ, ਮਾਰਾਂ ਤੋਂ ਬਚਾਏਗਾ ਇਹ ਜਪਿਆ ਹੋਇਆ ਨਾਮ। ਕੋਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਆਲਸ ਨੂੰ ਭੰਨ ਕੇ, ਦਲਿੱਦਰ ਨੂੰ ਭੰਨ ਕੇ, ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੇ ਵਿੱਚ ਗੜੂੰਦ ਹੋਵੇ, ਇਹ ਘਾਲਣਾ ਹੀ ਹੈ ਨਾ ਜੀ। ਡੇਢ ਡੇਢ ਵਜੇ ਤੁਸੀਂ ਉੱਠ ਰਹੇ ਹੋ, ਦੋ ਦੋ ਉੱਠ ਰਹੇ ਹੋ, ਢਾਈ ਉੱਠ ਰਹੇ ਹੋ, ਕੋਈ ਛੇ ਵਜੇ ਤੱਕ, ਡੇਢ ਵਜੇ ਤੋਂ ਛੇ ਵਜੇ ਤੱਕ, ਦੋ ਤੋਂ ਛੇ, ਢਾਈ ਤੋਂ ਛੇ, ਇਸ ਤੋਂ ਲੇਟ ਤਾਂ ਤੁਸੀਂ ਹੋ ਹੀ ਨਹੀਂ ਸਕਦੇ। ਇੱਥੇ ਪਹੁੰਚਣਾ ਤਾਂ ਚਲੋ, ਜਿਹੜੇ ਲੇਟ ਵੀ ਪਹੁੰਚਦੇ ਫਿਰ ਤਿੰਨ ਵਜੇ ਤਾਂ ਘੱਟੋ ਘੱਟ ਉੱਠੋਗੇ ਨਾ, ਤਿੰਨ ਤੋਂ ਛੇ, ਘਾਲਣਾ ਹੀ ਹੈ ਨਾ। ਰੋਜ਼ ਘਾਲਣਾ ਘਾਲ ਰਹੇ ਹੋ, ਯਕੀਨ ਜਾਣਨਾ, ਲਿਖ ਲਓ ਸਾਧ ਸੰਗਤ, ਮੈਂ ਗੁਰੂ ਦੇ ਭਰੋਸੇ ਤੇ ਕਹਿ ਰਿਹਾ ਜੇ, ਗੁਰੂ ਦੇ ਬੋਲ ਤੁਹਾਡੇ ਨਾਲ ਸਾਂਝੇ ਕਰ ਰਿਹਾ ਜੇ, ਲਿਖ ਲਓ, ਜਿਹੜੀ ਇਹ ਘਾਲਣਾ ਘਾਲ ਰਹੇ ਹੋ ਨਾ, ਇਹੀ ਘਾਲਣਾ ਨੇ ਤੁਹਾਡੀ ਝੋਲੀ 'ਚ ਬਰਕਤਾਂ ਪਾਣੀਆਂ ਜੇ, ਸੱਚ ਜੀ। ਇਹੀ ਘਾਲਣਾ ਜਿਹੜੀ ਤੁਸੀਂ ਅੰਮ੍ਰਿਤ ਵੇਲੇ ਬੰਦਗੀ ਪੇ ਕਰਦੇ ਹੋ, ਇਹੀ ਘਾਲਣਾ ਖੜੇਗੀ ਤੁਹਾਡੇ ਲਈ, ਖੜੇਗੀ। ਹਰ ਮੁਸੀਬਤ ਤੋਂ ਇਸ ਘਾਲਣਾ ਨੇ ਤੁਹਾਨੂੰ ਬਚਾਉਣਾ ਜੀ, ਹਰ ਔਖੇ ਸਮੇਂ ਤੋਂ ਮਹਾਰਾਜ ਨੇ, ਮਹਾਰਾਜ ਦੇ ਨਾਮ ਨੇ ਤੁਹਾਨੂੰ ਬਚਾਉਣਾ ਜੀ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਫਿਰ ਕਹਿੰਦੇ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਹਾਏ ਹਾਏ ਲੱਗੀ ਹੋਈ ਹੈ, ਔਰ ਇਸ ਹਾਏ ਹਾਏ ਨੇ ਹੀ ਮੈਨੂੰ ਡੋਬਿਆ ਹੋਇਆ ਸੱਸ, ਇਤਨਾ ਹੈ ਕਿ ਜਿਹੜਾ ਸਾਧ ਸੰਗਤ ਰੋਟੀ ਪਾਣੀ ਥੋੜਨੀ ਪੈਂਦੀ, ਪਦਾਰਥਾਂ ਦੀ ਥੋੜਨੀ ਪੈਂਦੀ, ਪਰ ਹੋਰ ਹੋਰ ਦੀ ਜਿਹੜੀ ਹੋੜ ਹੈ ਨਾ, ਉਹਨੇ ਪਾਗਲ ਕੀਤਾ ਹੋਇਆ, ਉਹਨੇ ਸਾਧ ਸੰਗਤ ਨਿਤਨੇਮ ਉਹ ਖਾ ਗਿਆ ਹੋੜ, ਉਹ ਜਿਹੜੀ ਹੋੜ ਹੈ ਨਾ ਹੋਰ ਹੋਰ ਦੀ, ਉਹ ਨਿਤਨੇਮ ਖਾ ਗਿਆ, ਅੰਮ੍ਰਿਤ ਵੇਲਾ ਖਾ। ਸਾਹਿਬ ਕਹਿੰਦੇ ਜਿਵੇਂ ਜਿਵੇਂ ਨਾਮ ਜਪਦਾ ਜਾਏਗਾ, ਜਿਵੇਂ ਜਿਵੇਂ ਬੰਦਗੀ ਕਰਦਾ ਜਾਏਗਾ, ਨਾਮ ਨੇ ਪਤਾ ਕੀ ਬਰਕਤ ਪਾਣੀ ਹੈ, ਅੰਦਰ ਸਹਿਜ ਤੁਹਾਡੇ ਆਉਂਦਾ ਜਾਏਗਾ, ਅੰਦਰ ਸੰਤੋਖ ਆਉਂਦਾ ਜਾਏਗਾ, ਜਿਹੜੀ ਤ੍ਰਿਸ਼ਨਾ ਹੈ ਨਾ ਹੋਰ ਹੋਰ, ਜਿਹੜੀਆਂ ਭੁੱਖਾਂ ਲੱਗੀਆਂ ਹੋਈਆਂ, ਆਹ ਕਰ ਲਾਂ ਆਹ ਕਰ ਲਾਂ ਆਹ ਕਰ, ਇੰਨਾ ਕੁਝ ਹੁੰਦਿਆਂ ਹੋਇਆਂ ਵੀ ਬੰਦਾ ਜੇ ਕਹਿੰਦਾ ਮੇਰੇ ਕੋਲ ਦੋ ਘੰਟੇ ਸਮਾਂ ਵਿਹਲਾ, ਅਤੇ ਸਾਧ ਸੰਗਤ ਜੀ ਉਹ ਦੋ ਘੰਟੇ ਦੇ ਵਿੱਚ ਵੀ, ਜਿਹੜਾ ਵਿਹਲਾ ਸਮਾਂ ਨਾ, ਉਹ ਦੋ ਘੰਟੇ ਦੇ ਵਿੱਚ ਵੀ ਕਹਿੰਦਾ ਮੈਂ ਕਿਹੜਾ ਕੰਮ ਕਰਾਂ ਕਿ ਚਾਰ ਪੈਸੇ ਹੋਰ ਆ ਜਾਣ, ਆਖੋ ਸਤਨਾਮ। ਦੋ ਘੰਟੇ ਵਿਹਲੇ ਨੇ, ਓਏ ਪਰਮੇਸ਼ਰ ਨੇ ਤੈਨੂੰ ਦੋ ਘੰਟੇ ਵਿਹਲੇ ਦਿੱਤੇ, ਕਿਧਰੇ ਦੋ ਘੰਟੇ ਰੰਗ ਦੇ, ਨਾਮ ਦੇ 'ਚ ਰੰਗ ਦੇ, ਕੋਈ ਸਹਿਜ ਪਾਠ ਕਰ ਲੈ, ਕੋਈ ਜਪਜੀ ਦੇ ਪਾਠ ਕਰ ਲੈ, ਕੋਈ ਚੁਪਈ ਸਾਹਿਬ ਦੇ ਜਾਪ ਕਰ ਲੈ, ਕੋਈ ਮੂਲ ਮੰਤਰ ਦੀਆਂ ਮਾਲਾ ਫੇਰ ਲੈ, ਹਰੀ ਧਨ ਕਮਾ ਲੈ। ਸੱਚਾਈ ਹੈ ਸਾਧ ਸੰਗਤ ਜੀ, ਜਦੋਂ ਜਦੋਂ ਨਾਮ ਦੇ ਨਾਲ ਯਾਰੀ ਪੈਂਦੀ ਜਾਏਗੀ, ਅੰਦਰ ਸੰਤੋਖ ਦਾ ਲੈਵਲ ਵੱਧਦਾ ਜਾਂਦਾ, ਜਿਵੇਂ ਜਿਵੇਂ ਨਾਮ ਨਾਲ ਯਾਰੀ ਪੈਂਦੀ ਹੈ ਨਾ, ਅੰਦਰਲਾ ਖੇੜਾ ਵੱਧਦਾ ਜਾਂਦਾ,
ਰੱਜ ਆਉਂਦਾ ਜਾਂਦਾ ਜੀ। ਠੀਕ ਹੈ, ਆਨੰਦ ਹੈ, ਜਿੰਨਾ ਹੈ ਆਨੰਦ ਹੈ। ਜਿੱਥੇ ਤੁਸੀਂ ਕਿਹਾ ਨਾ ਜਿੰਨਾ ਹੈ ਆਨੰਦ ਹੈ, ਜਿੱਥੇ ਤੁਸੀਂ ਰੁਕ ਗਏ ਨਾ ਉੱਥੋਂ ਗੁਰੂ ਨਾਨਕ ਸ਼ੁਰੂ ਹੋ ਜਾਏਗਾ ਜੀ। ਆਖੋ ਸਤਨਾਮ ਸੱਚਾਈ ਜੀ। ਜਿੱਥੇ ਤੁਸੀਂ ਰੁਕ ਗਏ ਨਾ, ਰੁਕਣ ਦਾ ਮਤਲਬ ਇਹ ਨਹੀਂ ਕੰਮ ਕਾਜ ਛੱਡ ਕੇ ਬਹਿ ਗਏ, ਮੰਜੇ ਤੇ ਸੁੱਤੇ ਪਏ ਆ, ਵਿਹਲੜ ਸੁੱਤੇ ਹੋਏ ਆ, ਆਲਸੀ ਬਣ ਗਏ ਆ ਜੀ। ਵੀਰ ਜੀ ਨੇ ਕਿਹਾ ਜੀ ਖੜ ਜਾਓ, ਮੈਂ ਤਾਂ ਖੜ ਗਿਆ, ਲੈ ਬੰਦ ਹੀ ਕਰਦਾ ਕੰਮ। ਆ ਖੜਨਾ ਨਹੀਂ, ਜਿੱਥੇ ਮਨ ਨੂੰ ਰੱਜ ਆ ਗਿਆ, ਜਿੱਥੇ ਰੱਜ ਆ ਗਿਆ ਵੀ ਠੀਕ ਹੈ ਯਾਰ, ਸਰਦਾ ਬਹੁਤ ਵਧੀਆ, ਸਰਦਾ ਸੋਹਣਾ, ਫਿਰ ਹਾਏ ਹਾਏ ਮੈਂ ਕਰੀ ਜਾਵਾਂ। ਜਿੱਥੇ ਤੁਸੀਂ ਰੱਜ ਕਰਕੇ ਖੜ ਗਏ ਨਾ, ਰੱਜ ਕਰਕੇ, ਉੱਥੋਂ ਗੁਰੂ ਨਾਨਕ ਸ਼ੁਰੂ ਹੋਏਗਾ ਜੀ। ਫਿਰ ਤੁਹਾਡੀ ਥੋੜ੍ਹੀ ਮਿਹਨਤ ਦੇ ਵਿੱਚ ਵੀ ਬੜੀਆਂ ਬਰਕਤਾਂ ਪਾਏਗਾ, ਬੜੀਆਂ ਬਰਕਤਾਂ ਤੁਹਾਡੀਆਂ ਮਿਹਨਤਾਂ ਦੇ ਵਿੱਚ ਉਹਦੀਆਂ ਰਹਿਮਤਾਂ ਹੋਣਗੀਆਂ, ਮਨ ਦੀ ਤ੍ਰਿਸ਼ਨਾ ਖਤਮ ਹੋਏਗੀ, ਭੁੱਖਾਂ ਮੁੱਕਣਗੀਆਂ। ਕਦੋਂ? ਜਦੋਂ ਨਾਮ ਦੇ ਨਾਲ ਯਾਰੀ ਪਏ। ਫਿਰ ਅੱਗੇ ਕਹਿੰਦੇ ਨੇ ਸੋ ਗੁਰਮੁਖ ਨਾਮ ਜਪਿਆ ਵਡਭਾਗੀ। ਆ ਜਿਹੜਾ ਤੁਸੀਂ ਜਪਦੇ ਪਏ ਹੋ, ਤੁਹਾਨੂੰ ਖਿਤਾਬ ਦਿੱਤਾ ਹੈ ਮਹਾਰਾਜ ਨੇ, ਤੁਹਾਡੇ 'ਤੇ ਟੈਗ ਲਗਾਇਆ ਹੈ ਮਹਾਰਾਜ ਨੇ। ਕਿਹੜਾ ਟੈਗ, ਕਿਹੜਾ ਖਿਤਾਬ ਦਿੱਤਾ? ਵਡਭਾਗੀ। ਆਖੋ ਸਤਨਾਮ। ਵੱਡੇ ਭਾਗਾਂ ਵਾਲੇ, ਕਰਮਾਂ ਵਾਲੇ, ਇਹ ਤੁਹਾਨੂੰ ਕਿਹਾ ਸਤਸੰਗ ਜੀਓ। ਸੋ ਗੁਰਮੁਖ ਨਾਮ ਜਪਿਆ ਵਡਭਾਗੀ। ਕਹਿੰਦੇ ਜਿਹੜਾ ਵੱਡੇ ਭਾਗਾਂ ਵਾਲਾ ਨਾਮ ਜਪਦਾ ਹੈ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਆਖੋ ਸਤਨਾਮ। ਕਿੱਡੀ ਵੱਡੀ ਜਾਮਨੀ ਦਿੱਤੀ ਹੈ ਜੀ, ਕਿੱਡੀ ਵੱਡੀ ਗਰੰਟੀ ਦਿੱਤੀ ਹੈ। ਕਹਿੰਦੇ ਤੇਰੇ ਨਿੰਦਕ ਦੁਸ਼ਟ ਜਿਹੜੇ ਤੇਰੇ ਲਈ ਹਰ ਵੇਲੇ ਚਾਲਾਂ ਚੱਲਦੇ ਰਹਿੰਦੇ ਨੇ ਦੁਸ਼ਟ, ਕਹਿੰਦੇ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਉਹ ਰੱਬ ਨੇ ਜਿਹਦਾ ਤੂੰ ਨਾਮ ਜਪਦਾ ਪਿਆ ਬੰਦਿਆ, ਉਹ ਰੱਬ ਨੇ ਸਾਰਿਆਂ ਨੂੰ ਚੁੱਕ ਕੇ ਤੇਰੇ ਪੈਰਾਂ 'ਤੇ ਲਿਆ ਕੇ ਗਿਰਾ ਦੇਣਾ ਜੇ। ਆਖੋ ਸਤਨਾਮ। ਔਰ ਇਹ ਜਮਨੀ ਹੋਰ ਕੋਈ ਨਹੀਂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਰਹੇ। ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਉਹਨਾਂ ਦਾ ਕੋਈ ਵਾਰ ਤੇਰੇ 'ਤੇ ਨਹੀਂ ਚੱਲ ਸਕੇਗਾ, ਉਹਨਾਂ ਦੀ ਕੋਈ ਮਾੜੀ ਸੋਚ ਤੇਰੇ 'ਤੇ ਨਹੀਂ ਚੱਲ ਸਕੀ, ਉਹਨਾਂ ਦਾ ਕੋਈ ਮਾੜਾ ਐਕਸ਼ਨ ਲਿੱਤਾ ਹੋਇਆ, ਕੋਈ ਐਕਸ਼ਨ ਲਿੱਤਾ ਹੋਇਆ ਉਹਨਾਂ ਦਾ, ਕੋਈ ਮਾੜਾ ਐਕਸ਼ਨ ਲਿੱਤਾ ਹੋਇਆ ਤੇਰੇ 'ਤੇ ਨਹੀਂ ਚੱਲੇਗਾ, ਕਿਉਂਕਿ ਪ੍ਰੋਟੈਕਸ਼ਨ ਸ਼ੀਲਡ ਹੈ ਤੇਰੇ ਆਲੇ ਦੁਆਲੇ ਨਾਮ ਦੀ। ਆਖੋ ਸਤਨਾਮ। ਔਰ ਇਹੀ ਨਹੀਂ, ਐਸੀ ਬਖਸ਼ਿਸ਼ ਕਰ ਦੇਣਗੇ, ਐਸੀ ਰਹਿਮਤ ਵਰਤਾ ਦੇਣਗੇ ਕਿ ਉਹ ਨਿੰਦਕ ਵੀ ਤੇਰੇ ਪੈਰਾਂ 'ਤੇ, ਦੁਸ਼ਟ ਵੀ ਤੇਰੇ ਪੈਰਾਂ 'ਤੇ। ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਮ 'ਚ ਐਡੀ ਤਾਕਤ ਹੈ ਸਤਸੰਗ, ਨਾਮ 'ਚ ਐਡੀ ਤਾਕਤ ਹੈ, ਕੋਈ ਨਹੀਂ ਖੜੇਗਾ ਤੇਰੇ ਅੱਗੇ। ਇੱਕ ਨੇ ਮਾੜਾ ਕੀਤਾ, ਅਸੀਂ ਉਹਦਾ ਮਾੜਾ ਕਰਨ ਲਈ ਤੁਰ ਪੈਂਦੇ ਹਾਂ। ਮਹਾਰਾਜ ਦੀ ਸੋਚ ਨਹੀਂ ਜੇ, ਮਹਾਰਾਜ ਦੀ ਆ ਸੋਚ ਨਹੀਂ
ਮਹਾਰਾਜ ਦੀ ਤਾਂ ਸੋਚ ਹੀ ਬੜੀ ਆਲਾ ਹੈ ਜੀ, ਫਰੀਦਾ ਬੁਰੇ ਦਾ ਭਲਾ ਕਰ। ਕੋਈ ਵਿਰਲਾ ਕਮਾਉਂਦਾ ਹੈ ਪੰਗਤੀ ਨੂੰ, ਕੋਈ ਤੁਹਾਡੇ ਨਾਲ ਕੋਈ ਮਾੜਾ ਕਰੇ ਤੇ ਤੁਸੀਂ ਪਲਟ ਕੇ ਉਹਦੇ ਨਾਲ ਚੰਗਾ ਕਰੋ, ਕੋਈ ਹੋਏਗਾ ਜੀ, ਕੋਈ ਕੋਈ। ਮੈਂ ਕਹਿੰਦਾ ਜੇ ਚੰਗਾ ਨਹੀਂ ਕਰ ਸਕਦੇ ਨਾ, ਚਲੋ ਉਹਨੇ ਤੁਹਾਡੇ ਨਾਲ ਮਾੜਾ ਕੀਤਾ, ਤੁਸੀਂ ਨਹੀਂ ਚੰਗਾ ਕਰ ਸਕਦੇ, ਨਹੀਂ ਮਨ ਮੰਨਦਾ ਚੰਗਾ ਕਰਨ ਦਾ, ਨਾ ਕਰੋ ਭਾਵੇਂ, ਪਰ ਘੱਟੋ ਘੱਟ ਮਾੜਾ ਵੀ ਤਾਂ ਨਾ ਕਰੋ। ਉਹਨੇ ਮਾੜਾ ਕੀਤਾ, ਉਹਦੇ ਕਾਲੇ ਲੇਖ ਭੁਗਤੇਗਾ ਔਰ ਅਵਸ਼ ਭੁਗਤੇਗਾ ਜੀ। ਤੁਸੀਂ ਕਿਉਂ ਮਾੜੇ ਲੇਖ ਆਪਣੇ ਬਣਾਉਂਦੇ ਪਏ ਹੋ, ਕਾਲੇ ਲੇਖ ਬਣਾ, ਤੁਸੀਂ ਭਜਨ ਵਧਾ ਦਿਓ, ਸਿਮਰਨ ਵਧਾ ਦਿਓ। ਅਖੀਰ ਚ ਉਹਨੂੰ ਢਹਿਣਾ ਪਏਗਾ, ਆਖੋ ਸਤਿਨਾਮ, ਢਹਿਣਾ ਪਏਗਾ। ਕਿਉਂਕਿ ਮੈਂ ਨਹੀਂ ਕਹਿ ਰਿਹਾ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ, ਤੇਰੇ ਨਿੰਦਕ ਦੁਸ਼ਟ ਸਭ ਪੈਰੀ ਪਾਏ। ਫਿਰ ਕਹਿੰਦੇ ਨਾਨਕ ਨਾਮ ਆਰਾਧ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਾਮ ਆਰਾਧ, ਕਿਉਂ ਕਹਿੰਦੇ ਸਭਨਾ ਤੇ ਵੱਡਾ, ਸਭ ਤੋਂ ਵੱਡਾ ਇਸ ਸ੍ਰਿਸ਼ਟੀ ਚ ਛੱਡੋ, ਪੂਰੇ ਬ੍ਰਹਿਮੰਡ ਦੇ ਵਿੱਚ ਅਗਰ ਸਭ ਤੋਂ ਵੱਡੀ ਕੋਈ ਸ਼ੈ ਹੈ ਤੇ ਉਹ ਹੈ ਪਰਮੇਸ਼ਰ ਦਾ ਨਾਮ। ਕਹਿੰਦੇ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ। ਫਿਰ ਨਾਮ ਦੀ ਕਲਾ ਕੀ ਹੈ, ਕਹਿੰਦੇ ਸਭ ਨਾਵੇਂ ਅੱਗੇ ਆਣ ਨਿਵਾਏ, ਆਖੋ ਸਤਨਾਮ। ਸਾਰੇ ਨਾਮ ਦੇ ਅੱਗੇ, ਉਹ ਸਰੀਰ ਦੇ ਅੱਗੇ ਥੋੜੀ ਨਾ ਨੀਵਦੇ ਨੇ, ਨਾਮ ਦੇ ਅੱਗੇ ਨੀਵਦੇ ਨੇ, ਆਖੋ ਸਤਨਾਮ। ਸਭ ਨਾਵੇਂ ਅੱਗੇ ਆਣ ਨਿਵਾਏ। ਇੱਕ ਗੱਲ ਮੈਂ ਹੋਰ ਕਹਿ ਦੇ, ਤੁਸੀਂ ਅੰਮ੍ਰਿਤ ਵੇਲਾ ਸ਼ੁਰੂ ਕੀਤਾ ਹੋਇਆ, ਕਿਸੇ ਦਾ 6 ਮਹੀਨੇ ਤੋਂ, ਕਿਸੇ ਦਾ ਸਾਲ ਤੋਂ, ਕਿਸੇ ਦਾ 1.5 ਸਾਲ ਤੋਂ, ਥੋੜ੍ਹਾ ਧਿਆਨ ਦੇ ਨਾਲ ਸੁਣਨਾ। ਕੋਈ 2 ਸਾਲਾਂ ਤੋਂ ਡਟਿਆ ਹੋਇਆ, ਕੋਈ 2.5 ਸਾਲਾਂ ਤੋਂ ਡਟਿਆ ਹੋਇਆ, ਹੁਣ ਤੱਕ ਤੁਹਾਡੀ ਬਲਾਦਰੀ ਦੇ ਵਿੱਚ, ਤੁਹਾਡੀ ਰਿਸ਼ਤੇਦਾਰੀ 'ਚ ਨਾ ਤੁਹਾਡੀ ਸ਼ੋਅ ਫੈਲ ਚੁੱਕੀ ਹੋਣੀ, ਠੀਕ ਹੈ ਨਾ, ਤੁਹਾਡੀ ਸ਼ੋਅ ਫੈਲ ਚੁੱਕੀ ਹੋਣੀ ਵੀ ਇਹ ਤਾਂ 1:30 ਵਜੇ ਜਾਗਦੀ ਹੈ, ਇਹ ਤਾਂ 2 ਵਜੇ ਜਾਗ ਜਾਂਦਾ, ਇਹ ਤਾਂ 3 ਵਜੇ ਜਾ, ਬੜਾ ਭਗਤ ਬੰਦਾ ਹੈ, ਬੜਾ ਭਗਤ ਬੰਦਾ, ਸਹੀ ਹੈ ਨਾ ਜੀ। ਕਈ ਤੁਹਾਨੂੰ ਮੈਣੇ ਵੀ ਮਾਰਦੇ ਹੋਣੇ ਆ, ਆ ਭਗਤ ਬੰਦਾ ਨਾ ਕਈ ਵਾਰੀ ਸਾਧ ਸੰਗਤ ਜੀ ਕਿਸੇ ਨੂੰ ਪਚਦਾ ਨਹੀਂ ਹੈ ਬਈ ਇਹ ਭਗਤੀ ਵਿੱਚ ਐਡਾ ਅੱਗੇ ਵਧੀ ਜਾ ਰਿਹਾ, ਫਿਰ ਇਹੀ ਲਫ਼ਜ਼ ਮਿਹਣੇ ਦੇ ਰੂਪ 'ਚ ਪੈਂਦਾ ਜੀ, ਬਈ ਇਹਨੂੰ ਨਾ ਛੇੜਿਓ, ਇਹ ਤਾਂ ਬੜਾ ਭਗਤ ਬੰਦਾ ਜੀ, ਇੰਨਾ ਬੜਾ ਭਗਤ ਬੰਦਾ, ਇਹਨੂੰ ਮਿਹਣਾ ਵੀ ਅਤੇ ਮਿਹਣਾ ਉਹ ਮਾਰਦਾ ਜਿਹਨੂੰ ਬਰਦਾਸ਼ਤ ਨਹੀਂ ਹੁੰਦਾ ਵੀ ਆਖੋ ਸਤਨਾਮ ਕਿ ਤੁਸੀਂ ਅੱਗੇ ਵੱਧ ਰਹੇ। ਅਤੇ ਕੁਝ ਪਿਆਰ ਵਾਲੇ ਹੁੰਦੇ ਨੇ, ਬਈ ਵਾਕਈ ਬੜੀ ਕਿਰਪਾ ਹੈ ਜੀ ਇਹਦੇ 'ਤੇ, ਇਹ ਤਾਂ ਹੁਣ 3 ਵਜੇ ਜਾਗਦਾ ਜੀ, ਇਹ ਤਾਂ ਸਿਮਰਨ ਸਾਧਨਾ 'ਚ ਜਾਂਦਾ ਜੀ, ਇਹ ਤਾਂ ਰੋਜ਼ 9 ਵਜੇ ਉੱਠ ਕੇ ਬੰਦਗੀ 'ਚ ਕਰਦਾ। ਯਕੀਨ ਜਾਣਨਾ, ਤੁਸੀਂ 1.5 ਸਾਲ 2 ਸਾਲ ਤੋਂ ਜੁੜੇ ਹੋਏ ਨਾ, ਮੈਨੂੰ ਨਹੀਂ ਪਤਾ ਤੁਹਾਡੀ ਜ਼ਿੰਦਗੀ ਦਾ, ਪਰ ਮੈਂ ਦਾਅਵੇ ਨਾਲ ਇੱਕ ਗੱਲ ਕਹਿਣ ਲੱਗਾ ਜੇ, ਦਾਅਵੇ ਨਾਲ ਤੁਸੀਂ ਝਾਤੀ ਮਾਰ ਲੈਣਾ, 1.5 ਸਾਲ ਪਹਿਲੇ ਤੁਹਾਡੇ ਪੂਰੇ ਖਾਨਦਾਨ 'ਚ ਤੁਹਾਡੀ ਕੀ ਅਹਿਮੀਅਤ ਸੀ, ਕੀ ਅਹਿਮੀਅਤ ਸੀ, ਅਤੇ ਅੱਜ ਤੁਹਾਡੇ ਖਾਨਦਾਨ 'ਚ ਤੁਹਾਡੀ ਕੀ ਅਹਿਮੀਅਤ ਹੈ, ਆਖੋ ਸਤਨਾਮ ਅੱਜ ਕੀ ਅਹਿਮੀਅਤ।
ਅੱਜ ਥੋੜ੍ਹਾ ਜਿਹਾ ਸਾਰਿਆਂ ਦਾ ਨਾ ਸਤਸੰਗ, ਸਾਰਿਆਂ ਦਾ ਥੋੜ੍ਹਾ ਜਿਹਾ ਹੀ, ਭਾਵੇਂ ਥੋੜ੍ਹਾ ਜਿਹਾ ਆਈ ਕਿਊ ਲੈਵਲ ਜਿਹੜਾ ਹੈ ਨਾ, ਥੋੜ੍ਹਾ ਜਿਹਾ ਤੁਹਾਨੂੰ ਵੇਖਣ ਦਾ ਲੈਵਲ ਜਿਹੜਾ ਹੈ, ਥੋੜ੍ਹਾ ਜਿਹਾ ਸਤਸੰਗ ਜੀ ਜਿਹੜਾ ਤੁਹਾਡੇ ਪ੍ਰਤੀ ਨਜ਼ਰੀਆ ਕਹਿ ਲਓ, ਉਹ ਥੋੜ੍ਹਾ ਜਿਹਾ ਪੋਜ਼ਿਟਿਵ ਹੋਇਆ ਹੋਏਗਾ, ਸਤਿਕਾਰਕ ਹੋਇਆ ਹੋਏਗਾ, ਤੁਹਾਡੇ ਪ੍ਰਤੀ ਜਿਹੜਾ ਨਜ਼ਰੀਆ ਹੈ ਨਾ ਥੋੜ੍ਹਾ ਸਤਿਕਾਰਕ ਹੋ ਗਿਆ ਹੋਏਗਾ, ਜੋ ਡੇਢ ਸਾਲ ਪਹਿਲੇ ਅਤੇ ਅੱਜ ਨਜ਼ਰੀਆ ਹੀ ਬਦਲਿਆ ਹੋਏਗਾ। ਆਖੋ ਸਤਨਾਮ। ਕਿਉਂ? ਸਰੀਰ ਤਾਂ ਉਹੀ ਹੈ ਜੀ, ਡੇਢ ਸਾਲ ਪਹਿਲੇ ਵੀ ਉਹੀ ਸਰੀਰ ਸੀ, ਡੇਢ ਸਾਲ ਬਾਅਦ ਵੀ ਉਹੀ ਸਰੀਰ ਹੈ, ਢਾਈ ਸਾਲ ਪਹਿਲੇ ਵੀ ਉਹੀ ਸਰੀਰ ਸੀ, ਢਾਈ ਸਾਲ ਬਾਅਦ ਵੀ ਹੁਣ ਉਹੀ ਸਰੀਰ ਹੈ। ਅਤੇ ਸਤਿਕਾਰ ਕਿਹਦਾ ਵਧਿਆ ਜੀ? ਜੇ ਤੁਹਾਡਾ ਸਤਿਕਾਰ ਹੋ ਰਿਹਾ, ਤੁਹਾਨੂੰ ਥੋੜ੍ਹਾ ਪਿਆਰ ਦੇ ਨਾਲ ਹੁਣ ਸਤਸੰਗ ਜੀ ਸਤਿਕਾਰ ਦੇ ਨਾਲ ਤੁਹਾਨੂੰ ਜੀਓ ਕਿਹਾ ਜਾ ਰਿਹਾ, ਤਾਂ ਸਰੀਰ ਤਾਂ ਉਹੀ ਹੈ, ਅਤੇ ਕਿਹਦੇ ਕਰਕੇ ਸਤਿਕਾਰ ਮਿਲਿਆ? ਪਹਿਲੇ ਕਿਉਂ ਨਹੀਂ ਮਿਲਿਆ? ਜੇ ਹੁਣ ਮਿਲ ਰਿਹਾ ਤਾਂ ਇਹ ਨਾਮ ਕਰਕੇ, ਇਹ ਬੰਦਗੀ ਕਰਕੇ, ਇਹ ਅੰਮ੍ਰਿਤ ਵੇਲੇ ਕਰਕੇ ਤੁਹਾਡਾ ਮਾਣ ਵੱਧ ਰਿਹਾ। ਆਖੋ ਸਤਨਾਮ। ਇਹ ਇੱਕ ਸੱਚਾਈ ਹੈ ਸਤਸੰਗ ਜੀ, ਇੱਕ ਸੱਚਾਈ ਹੈ। ਇਸ ਸਰੀਰ ਦਾ ਮਾਣ ਵਾਹਿਗੁਰੂ ਜੀ ਉਦੋਂ ਵਧਾਉਂਦੇ ਨੇ, ਮੇਰੇ ਸਾਹਿਬ ਕਹਿੰਦੇ ਨੇ, ਜਦੋਂ ਤੋਂ ਨਾਮ ਅਰਾਧੇਗਾ। ਅਖੀਰਲੀ ਪੰਕਤੀ 'ਚ ਕਹਿ ਦਿੱਤਾ, ਕਹਿੰਦੇ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਣ, ਸਭ ਨਾਵੇਂ ਅੱਗੇ ਆਣ। ਆਪਾਂ ਮਨਸ਼ਾ ਇਹ ਨਹੀਂ ਰੱਖਣਾ ਕਿ ਕੋਈ ਮੇਰੇ ਅੱਗੇ ਨੀਵੇਂ, ਜੇ ਇਹ ਮਨਸ਼ਾ ਰੱਖਿਆ ਫਿਰ ਨਾਮ ਨੇ ਕਲਾ ਨਹੀਂ ਵਰਤਾਉਣੀ। ਜੇ ਆਪਾਂ ਇਹ ਮਨਸ਼ਾ ਨਹੀਂ ਰੱਖਣਾ ਕਿ ਕੋਈ ਨੀਵੇਂ, ਕੋਈ ਮੇਰੇ ਅੱਗੇ ਝੁਕੇ, ਕੋਈ ਮੇਰਾ ਸਤਿਕਾਰ ਕਰੇ, ਤਾਂ ਹਉਮੈ ਹੈ। ਤੁਸੀਂ ਆਪਣੇ ਤਰੀਕੇ ਦੇ ਨਾਲ ਤੁਰੀ ਚੱਲੋ, ਤੁਸੀਂ ਤੁਰੀ ਚੱਲੋ, ਬੇਪਰਵਾਹ ਹੋ ਕੇ ਸਤਸੰਗ ਨਾਮ ਜਪੀ ਚੱਲੋ, ਕਿਸੇ ਦੀ ਪਰਵਾਹ ਨਹੀਂ, ਬਸ ਜਪੀ ਚੱਲੋ, ਜਪੀ ਚੱਲੋ। ਕੋਈ ਕੀ ਕਹਿ ਰਿਹਾ, ਕੋਈ ਚੰਗਾ ਕਹਿ ਰਿਹਾ, ਕੋਈ ਬਹੁਤ ਚੰਗਾ ਕਹਿ ਰਿਹਾ, ਕੋਈ ਬਹੁਤ ਹੀ ਜ਼ਿਆਦਾ ਚੰਗਾ ਕਹਿ ਰਿਹਾ, ਕੋਈ ਮਾੜਾ ਕਹਿ ਰਿਹਾ, ਮੈਨੂੰ ਕੋਈ ਲੈਣਾ ਦੇਣਾ ਨਹੀਂ। ਜੇ ਮੈਨੂੰ ਚੰਗਾ ਕਹਿ ਰਿਹਾ ਮੈਨੂੰ ਤਾਂ ਵੀ ਕੋਈ ਲੈਣਾ ਨਹੀਂ, ਜੇ ਮੈਨੂੰ ਮਾੜਾ ਕਹਿ ਰਿਹਾ ਮੈਨੂੰ ਕੋਈ ਲੈਣਾ ਨਹੀਂ, ਮੈਨੂੰ ਇੱਕੋ ਚੀਜ਼ ਦੇ ਨਾਲ ਲੈਣਾ, ਮੈਂ ਤਾਂ ਖਾਲੀ ਨਾਮ ਜਪਣਾ। ਆਖੋ ਸਤਨਾਮ। ਬਸ ਫਿਰ ਇਹ ਨਾਮ ਤੇਰੇ ਨਾਲ ਵਰਤੇਗਾ। ਜੇ ਖਾਲੀ ਨਾਮ ਨੂੰ ਕਮਾਉਣ ਦੀ ਸਾਧ ਸੰਗਤ ਖਿੱਚ ਹੋਏਗੀ, ਫਿਰ ਨਾਮ ਦੀ ਕਲਾ ਵੇਖਣਾ। ਜੇ ਅੰਦਰ ਹਉਮੈ ਪਾਲੀ ਹੋਏਗੀ ਨਾ ਕਿ ਮੈਂ ਨਾਮ ਜਪ ਰਿਹਾ, ਮੈਂ ਦੱਸਾਂ ਸਾਰਿਆਂ ਨੂੰ, ਮੈਂ 2 ਵਜੇ ਉੱਠਦਾ, ਮੈਂ ਆਹ ਕਰਦਾ, ਮੈਂ ਸਿਮਰਨ ਕਰਦਾ, ਮੈਂ ਸੁਖਮਨੀ ਸਾਹਿਬ ਅੰਮ੍ਰਿਤ ਵੇਲੇ ਆ ਜੀ ਹੋ ਜੀ। ਦੱਸ ਕਿਉਂ ਰਹੇ ਹੋ? ਕਿਉਂਕਿ ਚਾਹੁੰਦੇ ਹੋ ਮੇਰਾ ਮਾਣ ਵਧੇ, ਚਾਹੁੰਦੇ ਹੋ ਮੇਰਾ ਸਤਿਕਾਰ। ਇਹਦਾ ਹਉਮੈ ਹੈ, ਇਹ ਨਹੀਂ ਰੱਬ ਨੂੰ ਪਾਉਂਦਾ। ਜੇ ਆਪਣੇ ਪੈਰੀ ਤੁਰੀ ਚੱਲੋ, ਬਸ ਆਪਣੇ ਪੈਰੀ ਜੁੱਤੀ ਪਾਓ, ਤੁਰੀ ਚੱਲੋ, ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ। ਸਾਧ ਆਪਾਂ ਨਾਮ ਜਪੀਏ, ਬੰਦਗੀ ਕਰੀਏ, ਇਬਾਦਤ ਕਰੀਏ, ਵਾਹਿਗੁਰੂ ਦੇ ਨਾਮ ਨੂੰ ਕਮਾਈਏ, ਬਸ। ਤੁਸੀਂ ਦਵਾਈ ਖਾਓ, ਬਾਕੀ ਕੰਮ ਦਵਾਈ ਦਾ ਜੀ, ਬਾਕੀ ਕੰਮ ਦਵਾਈ ਦਾ ਜੀ। ਤੁਹਾਨੂੰ ਸਵਸਥ ਕਰਨਾ, ਤੁਹਾਨੂੰ ਭਜਾਉਣਾ, ਤੋਰਨਾ, ਖੜਾ ਕਰਨਾ, ਤੁਹਾਨੂੰ ਇਹ ਦਵਾਈ ਦਾ ਕੰਮ ਹੈ।
ਸਾਨੂੰ ਬਸ ਖਾਲੀ ਖਾਣ ਤੇ ਧਿਆਨ ਦੇਣਾ, ਜਿਹੜਾ ਦਵਾਈ ਖਾਣੀ ਹੈ। ਤੇ ਗੁਰੂ ਸਾਹਿਬ ਕਿਰਪਾ ਕਰਨ, ਬਹੁਤ ਮੈਂ ਤੁਹਾਨੂੰ ਵਧਾਈਆਂ ਦਿੰਦਾ, ਨਿੱਤ ਤੁਹਾਨੂੰ ਵਧਾਈਆਂ ਨੇ ਨਿੱਤ। ਜਿਹੜਾ ਨਾਮ ਜਪਦਾ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਦਾ, ਉਹਨੂੰ ਨਿੱਤ ਗੁਰੂ ਦੀ ਵਧਾਈ ਹੈ। ਆਖੋ ਸਤਨਾਮ, ਨਿੱਤ ਉਹਨੂੰ ਗੁਰੂ ਦੀ ਵਧਾਈ ਹੈ, ਗੁਰੂ ਉਹਨੂੰ ਨਿੱਤ ਵਧਾਈ ਦਿੰਦੇ ਨੇ। ਜਿਹਨੂੰ ਗੁਰੂ ਵਧਾਈ ਦੇਣ, ਫਿਰ ਸਾਰੀਆਂ ਵਧਾਈਆਂ ਉਹਦੇ ਕੋਲ ਆ ਜਾਂਦੀਆਂ ਨੇ। ਆਖੋ ਸਤਨਾਮ, ਸੱਚਾਈ ਜੀ।